ਤੇ ਮੈਂ ਕਹਿੰਦਾ ਝੋਨਾ ਦੱਸ ਕਿਹੜਾ ਲਾਉਣਾ ਯਾਰ ਕੀ ਆਪਾਂ ਤਾਂ ਬਈ 65 60 ਲਾਉਨੇ ਆ ਹਾਈਬ੍ਰਿਡ। ਮੈਨੂੰ ਇਹ ਦੱਸ ਮੈਂ ਵੀਡੀਓ ਮਾਨਤਾ ਮਿਲ ਗਈ, ਮੈਂ ਵੀਡੀਓ ਮਾਨਤਾ ਕਿਨੇ ਦੇਤੀ ਸਰਕਾਰ ਨੇ? ਪੱਕੇ ਬਿੱਲ ਤੇ ਮਿਲਦਾ ਐਰਕੀ, ਐਰਕੀ ਪੱਕੇ ਬਿੱਲ ਤੇ ਮਿਲਦਾ ਨਾ, ਪੱਕਾ ਬਿੱਲ ਮਿਲਦਾ ਨਾ। 1200 ਰੁਪਏ ਦੇ ਸਾਨੂੰ ਮੈਂ ਲੈ ਕੇ ਆਇਆ, ਲੈ ਵੀ ਚੁੱਪ ਕਰੀ ਨਾ। ਲਓ ਵੀ ਦੋਸਤੋ 28-60 ਆਉਣ ਲੱਗ ਗਿਆ ਪੱਕੇ ਬਿੱਲ ਤੇ, ਪੱਕੇ ਬਿੱਲ ਤੇ ਸਰਕਾਰ ਨੇ ਦੇਤੀ ਆ ਮਾਨਤਾ। ਤੇ ਦਿਨ ਦੱਸ ਕਿੰਨੇ ਲੈਂਦਾ, ਝੂਠ ਨਾ ਮਾਰੀ। ਮੈਂ ਕਹਿੰਦਾ ਵੀ 105 ਤੋਂ 7 ਦਿਨ ਲੈਂਦਾ ਪਨੀਰੀ ਤੋਂ ਬਾਅਦ। ਤੂੰ ਸਹੀ ਸਹੀ ਦੱਸੀ, ਤੂੰ ਤਾਂ ਲਾਉਣਾ ਹੀ ਰਹਿਣਾ। ਇਹ ਤਾਂ ਡਾਕਟਰ ਪਨੀਰੀ ਦੇ ਹਿਸਾਬ ਨਾਲ ਆ। ਅੱਛਾ, ਜੇ ਤੂੰ ਪਨੀਰੀ ਗੇਤੀ ਬੀਜ ਦੇਗਾ ਤੇ ਭਾਵੇਂ 2 ਦਿਨ ਮਗਰੋਂ ਵੀ ਲਾ ਦੇਈਂ, ਉਹ 2 ਦਿਨ ਪਹਿਲਾਂ ਪੱਕ ਜੂਗਾ। ਅੱਛਾ, ਜੇ ਉਹ ਪਨੀਰੀ ਦੇ ਹਿਸਾਬ ਨਾਲ, ਉਹ ਤਾਂ ਠੀਕ ਆ ਵੀ ਆਈਡੀਆ ਦੱਸ ਵੀ ਕਿੰਨੇ ਦਿਨ ਲੈਂਦਾ ਆਈਡੀਆ। ਆਈਡੀਆ ਹੁਣ ਮੈਂ ਤਾਂ ਇਹਨਾਂ ਤੁਹਾਨੂੰ ਦੱਸਾਂ, ਮੈਂ ਤਾਂ ਇਹਨਾਂ ਹਿਸਾਬ ਦਾ ਕਦੇ ਲਾਇਆ ਨਹੀਂ ਇਹਨਾਂ। ਵੈਸੇ 135 ਪਨੀਰੀ ਦੇ 30 ਦਿਨ ਲਾ, ਹਾਂ, ਤੇ ਵੱਧ ਤੋਂ ਵੱਧ 110 ਕਿ ਦਿਨ ਲੱਗਦੇ ਮੇਰੇ। ਬਸ ਇੰਨੇ ਇੰਨੇ 140 ਦਿਨ ਮੰਨ ਕੇ ਚੱਲ, ਇੰਨੇ ਕਿ ਦਿਨ ਲਊਗਾ? 105-7-8 ਦਿਨ ਹੀ ਲੱਗਦੇ ਨੇ ਆਪਣੇ। ਤੈਨੂੰ ਸਿੱਧਾ ਹਿਸਾਬ ਮੈਂ ਦੱਸ ਦਿੰਦਾ, ਹਾਂ, ਵੀ ਅਸੀਂ ਅੱਗੇ ਤਾਂ ਕਰਦੇ ਹਾਂ 10 ਤਰੀਕ ਨੂੰ ਸਟਾਰਟ। ਅੱਛਾ, ਝੋਨਾ, ਹਾਂ, ਹੁਣ ਮੈਂ ਕਹਿੰਦਾ 9 ਤਰੀਕ ਨੂੰ ਪੰਜੀਰੀ ਬੀਜੀ ਆ, ਬੀਜੀ ਆ, ਮੰਨ ਕੇ ਚੱਲ ਵੀ ਅਸੀਂ 10 ਤਰੀਕ ਨੂੰ ਸਟਾਰਟ ਕਰ ਦੇਣਾ ਝੋਨਾ, ਕਰ ਦੇਣਾ, ਠੀਕ ਆ। ਤੇ ਇਹ ਵੇਖ ਲਾ ਵੀ ਅਸੀਂ ਉਹ ਜਿਹੜਾ ਝੋਨਾ ਨਾ ਆਂਢ ਗੁਆਂਢ ਦੇ ਨਾਲੋਂ ਅਸੀਂ ਮੰਨ ਕੇ ਚੱਲ, ਜਿਵੇਂ ਹੁਣ ਆਪਣਾ ਏਰੀਆ ਲਾ ਲਾ ਉਹ ਲੱਗ ਜਾਂਦਾ, ਉਹਦੇ ਨਾਲੋਂ ਅਸੀਂ 2-4 ਦਿਨ ਪਹਿਲਾਂ ਵੱਢ ਲੈਣਾ, ਵੱਢ ਲੈਨੇ ਆ, ਵੱਢ ਲੈਨੇ ਤੇ ਲਾਉਣੇ ਤੁਸੀਂ ਲੇਟ ਹੀ ਆ। ਹਾਂ, ਵੀ ਪਨੀਰੀ ਦੇ ਹਿਸਾਬ ਨਾਲ, ਹਿਸਾਬ ਨਾਲ ਵੀ ਕਹਿੰਦਾ ਵਾ ਵੀ ਇੱਕ ਰੇਹ ਦਾ ਵੀ ਚੱਕਰ ਹੁੰਦਾ ਵੀ ਜੇ ਤੁਸੀਂ ਰੇਹ 2-2.5 ਗੱਟੇ ਪਾਓਗੇ ਤਾਂ 5-4 ਦਿਨ ਪਹਿਲਾਂ ਆਊ ਝੋਨਾ ਆਊਗਾ, ਤੇ ਜੇ ਤੁਸੀਂ ਭੈਣ ਚੋ 3-4 ਗੱਟੇ ਟਪਾ ਦੋਗੇ ਤਾਂ ਮੈਂ ਕਹਿੰਦਾ 10 ਦਿਨ ਲੇਟ ਨਾ ਹੋਵੇ ਤਾਂ ਮੈਨੂੰ ਉਹ ਤਾਂ ਡਿੱਗੂਗਾ ਫਿਰ ਫਾਇਦਾ, ਤੇ ਲੇਟ ਵੀ ਹੋਊਗਾ, ਡਿੱਗਿਆ ਝੋਨਾ ਲੇਟ ਪੱਕਦਾ, ਲੇਟ ਵੀ ਹੋਊਗਾ। ਤਾਂ ਦੋਸਤੋ 135-40 ਦਿਨ ਹੀ ਲੱਗਦੇ ਆ ਪਨੀਰੀ ਸਣੇ, 135-40 ਦਿਨ ਪਨੀਰੀ ਸਣੇ, 105-106 ਦਿਨ 10 ਦਿਨ ਮੈਂ ਪਨੀਰੀ ਤੋਂ ਬਾਅਦ ਕਹੇ ਸੀ ਭਾਈ। ਇੱਕ ਹੋਰ ਸੁਣ, ਪੱਕਾ ਬਿੱਲ ਆਊਗਾ ਜਿਹੜਾ 126 ਝੋਨਾ, ਉਹ ਤਾਂ ਸਿੰਗਰਾਂ ਵਾਲੇ ਹੱਥ ਕੜੇ ਕਰੀ ਖੜੇ ਆ। ਹਾਂ, ਠੀਕ ਆ, ਉਹ ਕਾਹਤੋਂ ਹੱਥ ਕੜੇ ਉਹ ਯਾਰ, ਉਹਦੇ ਚੌਲ ਜਦੋਂ ਕੱਢਦੇ ਆ ਨਾ, ਚੌਲ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ, ਉਹ ਐਤਕੀ ਇਹਨਾਂ ਦੀ ਚੱਲੀ ਜਾਂਦੀ ਆ ਡਿਸਕਸ ਵੀ 126 ਝੋਨੇ ਦੇ ਚੌਲ ਦੀ ਪ੍ਰੋਬਲਮ ਸਰਕਾਰ ਨਾਲ ਹੀ ਚੱਲੀ ਜਾਂਦੀ ਇਹਨਾਂ ਦੀ, ਜਿਹੜੀਆਂ ਵਪਾਰੀਆਂ ਦੀ ਆ ਸੈਲਰ ਵਾਲਿਆਂ ਦੀ। ਕਿੰਨਾ ਪਾਇਆ ਮਰਲੇ ਦਾ ਬੀਜ? 1.5 ਕਿਲੋ ਮਰਲਾ ਬੀਜ, ਤੇ 3 ਮਰਲੇ ਯਾਨੀ ਕਿ 1 ਥੈਲਾ 1 ਕਿੱਲੇ ਵਾਸਤੇ ਯਾਰ। ਕਨਾਲ ਦੇ ਵਿੱਚ ਮੈਂ 30 ਕਿਲੋ ਬੀਜ ਪਾਇਆ, ਕਨਾਲ ਦੇ ਵਿੱਚ 30 ਕਿਲੋ ਬੀਜ ਪਾਇਆ, ਤੇ ਕਨਾਲ ਚੋਂ ਵੱਧ ਜੂਗੀ ਬਣੀ, ਵਧੂਗੀ ਵਧੂਗੀ ਹੈ ਨਾ। ਆਪਾਂ ਥਾਂ ਜ਼ਿਆਦਾ ਵੱਲਦੇ ਹਾਂ ਨਾ, ਆਪਾਂ ਮਰਲਾ ਵੱਧ ਵੱਲ ਲਈਦਾ, ਵੱਲ ਲਈ ਫਿਰ ਕਿੰਨੀ ਬਰੀਕ ਨਹੀਂ ਹੋ ਗਈ ਬਾਰੀ, ਜਦੋਂ ਆਪਾਂ ਲਾਉਂਦੇ ਹਾਂ ਤੋੜਦੀ ਨਹੀਂ ਹੁੰਦੀ, ਤੋੜਦੀ। ਤਾਂ ਦੋਸਤੋ 28-60 ਲਾਉਣ ਵਾਲੇ ਇਹ ਆ, 90-95-100 ਗੱਟੇ ਵਾਂਗੂ ਨਿਕਲ ਆਉਂਦਾ, 150-112 ਗੱਟੇ ਵੀ ਨਿਕਲ ਸਕਦੇ ਆ, 37.5 ਕਿਲੋ ਦੀ ਭਰਤੀ ਹੈ।